ਕਰਨਾ ਪਾਠ ਪਾਕ ਮੰਨੀ ਕਰੀ ਜਾਂਦੀ ਆ ਜੀ ਪਾਠ। ਚਲੋ ਚੰਗੀ ਗੱਲ ਆ, ਤੂੰ ਐਂ ਕਰ, ਮੈਨੂੰ ਭੁੱਖ ਬਹੁਤ ਲੱਗੀ ਪਈ ਆ, ਰੋਟੀ ਬਣਾ ਲਈ ਕਿ ਬਣਾਈ ਨਹੀਂ ਹਜੇ? ਪਤਾ ਨਹੀਂ, ਦੋਨੇ ਅੰਦਰ ਹੀ ਬੜੀਆਂ ਬੈਠੀਆਂ, ਮੈਂ ਤਾਂ ਆਪ ਹਜੇ ਭੁੱਖੀ ਬੈਠੀ ਆ। ਤੁਸੀਂ ਆਵਾਜ਼ ਮਾਰੋਗਾ ਪਹਿਲਾਂ ਦੀ, ਕੀ ਕਰਦੀਆਂ ਨੇ? ਬੋਲ ਬੋਲ ਪੁੱਤ। ਹਾਂਜੀ ਬਾਪੂ ਜੀ। ਪੁੱਤ 10 ਵੱਜ ਗਏ, ਤੁਹਾਡੀ ਮਾਂ ਵੀ ਭੁੱਖੀ ਬੈਠੀ ਆ ਜੀ, ਰੋਟੀ ਨਹੀਂ ਬਣਾਈ? ਬਾਪੂ ਜੀ ਅੱਜ ਤਾਂ ਛੋਟੀ ਦੀ ਵਾਰੀ ਹੈ ਰੋਟੀ ਬਣਾਉਣ ਦੀ, ਮੈਨੂੰ ਤਾਂ ਐਵੇਂ ਸੀ ਕਿ ਉਹਨੇ ਰੋਟੀ ਬਣਾ ਕੇ ਤੁਹਾਨੂੰ ਖਵਾਤੀ ਹੋਏਗੀ। ਪੁੱਤ ਕਿੱਥੋਂ ਖਵਾਤੀ, ਮੈਂ ਤਾਂ ਆਪ ਭੁੱਖਾ ਆਇਆ ਸੀ, ਮੈਂ ਹਜੇ ਘਰ ਜਾ ਕੇ ਰੋਟੀ ਖਾਂਦੇ ਹਾਂ, ਆ ਤੇਰੀ ਮਾਂ ਨੂੰ ਪੁੱਛਿਆ, ਇਹ ਕਹਿੰਦੀ ਮੈਨੂੰ ਤਾਂ ਆਮ ਨਹੀਂ ਦਿੱਤੀ, ਮੈਨੂੰ ਤਾਂ ਆਪ ਭੁੱਖ ਲੱਗੀ ਪਈ ਆ। ਬੁਲਾਉਂਦੀ ਹਾਂ ਮੈਂ ਪ੍ਰੀਤੀ, ਹੱਦੋਂ ਹੀ ਪੀ ਇਹਦੀ ਅਲੀ ਪ੍ਰੀਤੀ। ਹੋਰ ਪੁੱਤ, ਰੋਟੀ ਦਾ ਵੀ ਤੁਹਾਨੂੰ ਪਤਾ ਕੋਈ ਟਾਈਮ ਹੁੰਦਾ ਗਾ। ਬਾਪੂ ਜੀ ਮੈਂ ਤਾਂ ਇਹਦੇ ਕਰਕੇ ਇੰਤਜ਼ਾਰ ਕਰਦੀ ਪਈ ਸੀ, ਮੈਨੂੰ ਕੀ ਪਤਾ ਇਹਨੇ ਤਾਂ ਕੰਮ ਹੀ ਨਹੀਂ ਕਰਿਆ। ਤੇਰੀ ਅੱਜ ਵਾਰੀ ਸੀ ਰੋਟੀ ਬਣਾਉਣ ਦੀ। ਮੈਂ ਤਾਂ ਬਾਪੂ ਡੰਗਰਾਂ ਦਾ ਕਰੀ ਜਾਂਦੀ ਸੀ ਪਸ਼ੂਆਂ ਦਾ, ਮੈਂ ਤਾਂ ਐਂ ਸੀ ਵੀ ਛੁੱਪੱਟੀ ਖਵਾ ਦੂਗੀ। ਲੈ ਭਾਈ ਵੱਡੀ ਕਹਿੰਦੀ ਛੋਟੀ ਖਵਾ ਦੂ, ਛੋਟੀ ਕਹਿੰਦੀ ਵੱਡੀ ਖਵਾ ਦੂਗੀ, ਛੋਟੇ ਚੱਕਰਾਂ 'ਚ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਦੇਖੋ ਜੀ ਆਪ ਤਾਂ ਇਹ ਚਾਹ ਨਾਲ ਬਿਸਕੁਟ ਖਾ ਲੈਂਦੇ ਨੇ, ਆਪਣਾ ਇੱਥੇ ਖੁੱਡਾ ਰੜੀ ਜਾਂਦਾ ਗਾ, 10 ਤੋਂ ਉੱਪਰ ਟਾਈਮ ਹੋ ਗਿਆ, ਆਪਣੀ ਤਾਂ ਇਹਨਾਂ ਨੂੰ ਭੋਰਾ ਫਿਕਰ ਨਹੀਂ ਹੈਗੀ। ਮੈਂ ਤਾਂ ਤੁਹਾਨੂੰ ਐਂ ਕਹਿਣੀ ਆ, ਇਹਨਾਂ ਨੂੰ ਦੋਨਾਂ ਨੂੰ ਨਾ ਅਲੱਗ ਅਲੱਗ ਕਰ ਦਿਓ, ਅਤੇ ਇਹਨਾਂ ਨੂੰ ਅਲੱਗ ਕਰਕੇ ਆਪਾਂ ਸੌਖੇ ਰਹਾਂਗੇ, ਕਮ ਸੇ ਕਮ ਆਪਾਂ ਆਪਦੀ ਰੋਟੀ ਤਾਂ ਸੌਖ ਨਾਲ ਖਾ ਲਾਂਗੇ, ਇੱਕ ਧਿਰ ਦੇ ਤਾਂ ਹੋ ਜਾਵਾਂਗੇ, ਇਹਨਾਂ ਦੇ ਚੱਕਰਾਂ 'ਚ ਆਪਾਂ ਭੁੱਖੇ ਮਰ ਜਾਵਾਂਗੇ। ਇਹਨਾਂ ਦੀ ਤਾਂ ਨਾ ਵਾਰੀ ਨਹੀਂ ਲੋਟ ਆਉਂਦੀ, ਕਦੇ ਕਹਿੰਦੀ ਉਹ ਪਕਾਊ, ਕਦੇ ਉਹ ਕਹਿੰਦੀ ਉਹ ਪਕਾਊ, ਆਪਾਂ ਤਾਂ ਇਹਨਾਂ ਨੂੰ ਅੱਡ ਹੀ ਕਰ ਦਿਓ, ਚੰਗੇ ਰਹਾਂਗੇ। ਉਹ ਤਾਂ ਤੇਰੀ ਗੱਲ ਠੀਕ ਆ, ਇਹਨਾਂ ਦੇ ਵਾਰੀ ਦੇ ਚੱਕਰਾਂ 'ਚ ਆਪਾਂ ਭੁੱਖੇ ਜ਼ਰੂਰ ਮਰ ਜਾਵਾਂਗੇ। ਹਾਂ ਉਹ ਫਿਰ ਇਹੀ ਕੰਮ ਕਰਨਾ ਪਊਗਾ, ਮੈਂ ਤਾਂ ਸੋਚਿਆ ਸੀਗਾ ਵੀ ਜਿੰਨਾ ਚੱਕਰ ਮੈਂ ਜਾਉਂਦਾ ਜਾਗਦਾ ਗਾ ਉਹਨਾਂ ਚੱਕਰ ਦੇ ਮੁੰਡਿਆਂ ਨੂੰ ਅੱਡ ਨਹੀਂ ਕਰਦਾ, ਪਰ ਮਜਬੂਰ ਹੋ ਕੇ ਮੈਨੂੰ ਲੋਕਾਂ ਵੱਲੋਂ ਇਹ ਕੰਮ ਕਰਨਾ ਪਊਗਾ। ਉਹ ਪਰ ਕਿਸੇ ਮਾਂ ਪਿਓ ਦਾ ਜੀ ਨਹੀਂ ਕਰਦਾ ਆਪਦੇ ਧੀ ਪੁੱਤ ਅੱਡ ਕਰਨ ਨੂੰ, ਪਰ ਮੈਨੂੰ ਹੁਣ ਸਮਝ ਆਈ ਆ ਲੋਕ ਆਪਦੇ ਧੀ ਪੁੱਤ ਨੂੰ ਕਿਉਂ ਅੱਡ ਕਰਦੇ ਨੇ। ਹਾਂ ਤੁਹਾਡੀ ਗੱਲ ਸਹੀ ਹੈ, ਜਦੋਂ ਕੋਈ ਰਿਸ਼ਤੇਦਾਰ ਆ ਜਾਂਦਾ ਨਾ, ਦੋਨੇ ਜਾਣੀਆਂ ਅੰਦਰ ਵੜ ਕੇ ਬਹਿ ਜਾਂਦੀਆਂ, ਦੇਖਦੀਆਂ ਨੇ ਵੀ ਉਹ ਬਣਾਊ ਚਾਹ ਪਾਣੀ ਕਿ ਉਹ ਬਣਾਊ, ਹਾਰ ਕੇ ਮੈਨੂੰ ਬਣਾਉਣੀ ਪੈਂਦੀ ਹੈ ਚਾਹ, ਤੇ ਨਾਲੇ ਆਉਂਦੀਆਂ ਰਿਸ਼ਤੇਦਾਰਾਂ ਤੋਂ ਸ਼ਰਮ, ਇਹਨਾਂ ਨੂੰ ਤਾਂ ਨਹੀਂ ਸ਼ਰਮ ਸੰਗ ਹੈਗੀ। ਆਪਾਂ ਵੀ ਰਿਸ਼ਤੇਦਾਰਾਂ ਦੇ ਕੋਲੇ ਬੈਠੇ ਹੁੰਦੇ ਆ, ਅਗਲਾ ਸੋਚਦਾ ਇਹਨੇ ਨੂੰਹਾਂ ਚਾਹ ਪਾਣੀ ਕਿਉਂ ਨਹੀਂ ਲੈ ਕੇ ਆਉਂਦੀਆਂ, ਖਣੀ ਕੋਈ ਇਹਨਾਂ ਦੀ ਇੱਜ਼ਤ ਹੀ ਹੈ ਨਹੀਂ ਗੀ, ਕਹਿੰਦੇ ਮੇਰੇ ਦੋਨੇ ਪੁੱਤਾਂ ਨੂੰ ਅੱਜ ਕੋਲੇ ਬਹਾ ਕੇ ਨਾ ਕਹਿ ਦੂੰਗਾ ਭਾਈ ਤੁਸੀਂ ਆਪਦੇ ਰੋਟੀਆਂ ਅੱਡ ਲਾ ਲਿਆ ਕਰੋ, ਇਹ ਆਪਦੀਆਂ ਅੱਡ ਲਾ ਲਿਆ ਕਰਨਗੇ, ਦੋਨੇ ਭਰਾ ਆਪਦੀਆਂ ਡੋਡੀ ਲਾ ਲਿਆ ਕਰੋ, ਜੇ ਸਾਨੂੰ ਕਿਸੇ ਨੇ ਦੇਣੀ ਤਾਂ ਦੇ ਦਿਆ ਕਰੋ, ਨਹੀਂ ਅਸੀਂ ਵੀ ਆਪਦੀਆਂ ਅੱਡ ਲਾ ਲਿਆ ਕਰਾਂਗੇ, ਸਾਥੋਂ ਨਹੀਂ ਰੋਜ਼ ਭੁੱਖੇ ਮਰੀਦਾ, ਹੁਣ ਤਾਂ ਭਾਈ ਲਿਆ ਰੋਟੀਆਂ ਕਈ ਬੈਠੇ ਰਹਾਂਗੇ। ਹਾਂ ਹਜੇ ਵੀ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਂਦੀਆਂ ਨੇ। ਆਹੀ ਕੰਮ ਪਹਿਲਾਂ ਕਰ ਲੈਂਦੀ, ਐਨੀਆਂ ਸੁਣਨੀਆਂ ਨਾ ਪੈਂਦੀਆਂ ਬੇਬੇ ਬਾਪੂ ਤੋਂ। ਲੈ ਭਾਈ ਇਹ ਕੀ ਸੁਣਨੀਆਂ ਪਈ ਆ, ਰੋਟੀ ਪਾਣੀ ਨੂੰ ਕਿਹਾ ਹੈਗਾ, ਸੱਚ ਕੌੜਾ ਲੱਗਦਾ ਇਹਨਾਂ ਨੂੰ। ਫਿਰ ਬੇਬੇ ਮੇਰੀ ਕੀ ਗਲਤੀ ਆ, ਅੱਜ ਉਹਦੀ ਵਾਰੀ ਸੀਗੀ ਛੋਟੀ ਦੀ, ਤਾਂ ਹੀ ਉਹਦੀ ਆ ਵਾਰੀ ਵਾਰੀ ਦੇ ਚੱਕਰਾਂ 'ਚ ਨਾ ਆਪਾਂ ਤਾਂ ਭੁੱਖੇ ਮਰ ਜਾਂਦੇ ਆ। ਵਾਰੀ ਸੀ ਪੁੱਤ, ਫਿਰ ਵਾਰੀ ਸਮਝਣ ਵੀ ਚਾਹੀਦੀ ਆ, ਚੱਲ ਛੋਟੇ ਮੰਗ ਲਾ ਲੈਣਾ, ਚੱਲ ਉਹਦੀ ਵਾਰੀ ਸੀ, ਫਿਰ ਉਹਨੇ ਵਾਰੀ ਆਦੀ ਕਿਉਂ ਨਹੀਂ ਸਮਝੀ? ਬਾਪੂ ਜੀ ਮੈਂ ਆਪਣੇ ਸਾਰੇ ਕੰਮ ਨਾ ਖੁਦ ਕਰ ਲੈਂਦੀ ਆ, ਉਹ ਛੋਟੀ ਉਹ ਨਹੀਂ ਕਰਦੀ ਹੈਗੀ, ਉਹਨੂੰ ਕਿਹਾ ਕਰੋ ਜੋ ਕੁਝ ਕਹਿਣਾ, ਮੈਨੂੰ ਕਹਿਣ ਦੀ ਕੋਈ ਲੋੜ ਨਹੀਂ ਹੈਗੀ। ਪੁੱਤ ਮੈਂ ਤਾਂ ਕਿਸੇ ਨੂੰ ਨਹੀਂ ਕਹਿੰਦਾ, ਆਪਾਂ ਨੂੰ ਤਾਂ ਰੋਟੀ ਮਿਲਣੀ ਚਾਹੀਦੀ ਆ, ਇਹ ਹਿਸਾਬ ਕਿਤਾਬ ਤੁਹਾਡਾ, ਜੇ ਤੁਸੀਂ ਆਪਦੇ ਆਪਦੇ ਹਿਸਾਬ ਨਾਲ ਚੱਲਿਆ ਕਰੋ, ਇੱਕ ਜਾਣੀ ਪਸੰਦ ਕਰ ਲਿਆ ਕਰੋ, ਇੱਕ ਜਾਣੀ ਰੋਟੀ ਟੁੱਕ ਦਾ ਕਰ ਲਿਆ ਕਰੋ, ਇਹ ਤਾਂ ਐਂ ਵੀ ਹੋ ਸਕਦਾ ਸੀਗਾ। ਹੁਣ ਮੈਂ ਜੇ ਤੁਹਾਨੂੰ ਰੋਜ਼ ਕਹਿਣਾ ਗਾ, ਤੁਸੀਂ ਕਹੋਗੇ ਸਾਨੂੰ ਵਾਰੀ ਵਾਰੀ ਟੋਕਦਾ ਗਾ, ਇਹ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਤੁਹਾਨੂੰ ਕਹਿੰਦਾ। ਆ ਗੱਲ ਤੋਂ ਡਰਦੀ ਮਾਰੀ ਤਾਂ ਮੈਂ ਤਾਂ ਆਪ ਪਾਸੇ ਮੰਜਾ ਡਾ ਕੇ ਬਹਿ ਜਾਂਦੀ ਹਾਂ, ਚੱਲ ਆਪਦਾ ਰੱਬ ਰੱਬ ਕਰ ਲਾ ਵੀ ਜਦੋਂ ਰੋਟੀ ਦਾ ਟਾਈਮ ਹੋਗਾ ਲਾ ਲੈਣਗੇ, ਇਹਨੂੰ ਤਾਂ ਗੌਰ ਹੀ ਨਹੀਂ ਕਰਦੀਆਂ, ਫਿਰ ਕੀ ਕਰੀਏ ਹੁਣ। ਨਾ ਦੇਖ ਲਾ ਹਜੇ ਵੀ ਗੁੱਸਾ ਆਇਆ ਇਹਨਾਂ ਨੂੰ। ਉਹ ਗੁੱਸੇ ਵਾਲੀ ਤਾਂ ਮੈਨੂੰ ਗੱਲ ਦੇਣੀ ਨਹੀਂ ਕੋਈ, ਰੋਟੀ ਮੰਗੀ ਆ, ਜੇ ਭਾਈ ਰੋਟੀ ਦੇਣੀ ਵੀ ਦੁੱਬਰ ਲੱਗਦੀ ਆ, ਤੂੰ ਆਪਦੀਆਂ ਦੋ ਲਾ ਕੇ ਆਪ ਖਾ ਲਿਆ ਕਰਾਂਗੇ, ਹੋਰ ਕੀ ਆ। ਚੱਲ ਕੋਈ ਨਹੀਂ ਬਣਾ ਲਿਆਉਂਦੀਆਂ, ਹੁਣ ਸਬਰ ਕਰ 10 ਮਿੰਟ। ਉਹ ਸਬਰ ਕਾਹਦਾ, ਜੇ ਮੰਗੀ ਰੋਟੀ ਮੰਗ ਕੇ ਮੰਗੀ ਗਈ ਨਾ ਮੰਗੀ, ਇਹ ਤਾਂ ਮਿੰਤਾਂ ਵਾਲੀ ਗੱਲ ਹੋ ਗਈ, ਭਾਈ ਲਿਆ ਦਿਓ। ਟਾਈਮ ਹੋ ਗਿਆ ਸਨੀ, ਦੱਸ ਨਹੀਂ ਕਰੀ ਦੇਵਾਂ ਯਾਰ, ਕੱਪੜੇ ਵੀ ਅੱਜ ਚਿੱਟੇ ਪਾਈ ਫਿਰਦਾ, ਲੜੂਗੀ ਮੇਰੇ ਨਾਲ। ਉਹ ਕੀ ਕਰੀ ਜਾਂਦੀ ਆ? ਮੈਂ ਸੋਚਦੀ ਸੀ ਸਨੀ ਰਲਾ ਦਿੰਦੀ ਆ ਮੈਂ। ਉਹ ਤੈਨੂੰ ਪਤਾ ਹੈਗਾ ਮੈਂ ਕਰਦਾ ਨਾ ਸਨੀ, ਥੋੜੀ ਤਾਂ ਅੱਜ ਮੋਟਰ ਦੀ ਵਾਰੀ ਸੀ, ਮੈਨੂੰ ਆਇਆ ਸੀ ਤੁਸੀਂ ਲੇਟ ਆਉਂਗੇ। ਉਹ ਕੋਈ ਗੱਲ ਨਹੀਂ, ਮੋਟਰ ਦੇ 2 ਵਜੇ ਤੱਕ ਹੁੰਦੀ ਆ ਵਾਰੀ, ਤੋ ਫਿਰ ਪਸ਼ੂ ਭੁੱਖੇ ਮਰੀ ਜਾਂਦੇ ਸੀਗੇ। ਚੱਲ ਤੂੰ ਐਂ ਕਰ ਚਾਹ ਬਣਾ, ਮੈਂ ਕਰਦਾ ਸਨੀ, ਵਧੀਆ ਹੀ ਬਣਾ ਲਈ, ਲੌਂਗ ਲੈ ਚਾਹ ਪਾ ਲਈ। ਚੰਗਾ।
बापू वादू बोली गए तो की गल हो गई बेबे बापू दोनों बोले मैं मानदी मेरी बारी सी ठीक है मेरी बारी सी बापू रोटी देन दी ठीक है बारी सी तेरी रोटी देन दी हां फिर ते ओहो मैं उधर सन्नी रोण लग गई है ना ते पशु भुखे मरदे पए सीगे मैं सन्नी रोण लग गई एने च बोलन लग गई झड़क के है ना ते कहंदी कहंदी बापू नु बोलन लग गई कहंदी बारी तो ओदी आ मैं कहां मैं इधर पशुआं नु करी जांदी सीगी ते हुण बापू पता की गल कह रहे आ हां की है मैं अलग करनगे जे तेरी बारी सी ते बड्डी दे जांदी रोटी एडी झूठ ओही ते गल आ फिर मैं कम करी जांदी सीगी यार सोडा भी सरैप है फिर रोटी भी नहीं खवा दे दो जने नु तुसे ना फिर ओही गल्ला हुण बापू अड करी जांदे नेगे हुण ओहनां नाल भी गल कर लियो ओ कोई नहीं अड करदा ऐ किवें अड कर दूगा वधिया निभी जांदी है ओहने टेंशन ले जा तू कोई ना तो पता लगूगा जदों बापू कोल गए तुसी समझा लूंगा आप ही आपको अज बड़ी लेट हो गई तुसी की गल अज ऑफिस काम सी थोड़ा जा ज्यादा सीगा अच्छा हेलो जी पानी हो आज तो थक गया ऑफिस से बड़ा काम थी का तुस तो थक गए पर मेनू तो यही नहीं समझ आती घर चली की जंदा है क्यों की हो गया होना की है आज छोटी दी वारी सी रोटी बनाउण दी ते रोटी बेबे बापू नू पुछी नहीं हैगी बापू बेबे मेरे मगर पै गए भी सानू रोटी तो पुछ लो भी हद हो गई जदों छोटी नू पता है भी रोटी बनाउण दी वारी मेरी है भी मैं जाके रोटी देवां ना मैं तो काम करदी पई सी भी आखे मैं वेली आ ना ओ यार एवें छोटी छोटी गल्लां ते क्यों किच किच करदा रोटी दी गल्ला बेबे बापू नू तूं दे दिया कर क्यों वारियां मन्नियां ने मैं ले तुसी भी मैनू कहण लग जांदे हो मन्निया मैं वड्डी आ इह थोड़ी आ भी सारा घर दा काम मैं करां बेबे बापू दी सारी उम्र लंघ गई कम कार करदे नू हुण जदों रोटी दा वेला आया उदों छोटी ऐ करदी है जदों छोटी कड़ा थोड़ा भरा कड़ा विआह होया सी उदों भी तां रोटी मैं ही पुछदी सीगी हुण छोटी दा भी हक बणदा भी मैं रोटी पाणी दा मैं ही करां ओहो यार उधरों तो ऑफिस ते इन्नी टेंशन होंदी आ उहदे नू तुसी टोक टोक करन लग जांदी होंगी सोडी नहीं साहब चाहुंदा की चलदा गा आहो टेंशन तो कल्ली थोनू ही है मैनू तो कोई टेंशन नहीं हैगी घर दी सारी घर दी टेंशन मैं ही चक्की फिरदी आ मेरी गल सुनो अपने भरा नू समझा लो भी अपनी घर वाली नू सांभ के रखे जे मैं फिर ज्यादा चिड़पिड़ कीती फिर आप दी वारी रोंदी आ ओ एवें लड़ाई नू कोई बड़ा वड्डा परिवार आ छोटा जिहा परिवार आ एवें क्यों लड़दी होनी जी गल मैं ओ वी नहीं करदी जिहड़ी बेबे बापू ने अज गल करी है ना ओ करन योग नहीं सीगी की योग नहीं सी की करता है जे बापू ने मैं तो दसदी हुई भी शर्म आ रही है भी बेबे बापू ने एहो जी गल बोली है भी जेड़ी करनी नहीं चाहिदी सीगी शर्म आ रही है एही गल कहती अड होण दी गल करदे ने ओ भी दोनों भरावां नू असीं अड कर दिंदे आ भी रोटी वेले तां असीं सौखे होवांगे जिन्हें बना के देने रोटी बना के दे देणगे नहीं तां असीं अपनी आप पका लांगे भी इह गल करन जोगी है अच्छा एहो जी गल्लां हो गईआं एडी गल बापू ने कह के दित्ती हले कित्थे बेबे बापू मैं करदा गल उहदे नाल उधर परले कमरे च बैठे ने ताही तो मैं भखी हुई हूं और का तो भखी हुई हूं मैं तुसी गल ही नहीं समझते मेरी आज गल करिए चलो बेबे बापू किथे है बाथरूम गया तेरा बापू दा पुत्र हां दस असि गल करनी है आज गल करिए चल पुत्र ठीक है बाबू बापू मैनू एवें दस तेनू असी कट्ठे रहिंदे चंगे नहीं लगदे हैगे क्यों सानू अड कराउंदा तुलिया होया तू
कोई गल नहीं पुत, तू चन्नी भी बुलाई लै, आ गया फिर तू चन्नी पुत। हाँ बापू। उरे आ। तुम्हें ऐ लगता है कहीं बापू जी कसूर आ गा, मैं हम तेन दस ही दिना, मैं उन्होंने भी आ जाते चन्नी। हाँ बापू। हाँ बह जा कोई नहीं, तुम बह जाओ भाई। आ देख हूँ तेन मैं दसदा गल, छोटे ब्याह में बहुत टाइम हो गया, ठीक है। हाँ तो तुम दोनों ने मेरी बहुत सेवा करी है, मैं थोड़ी सेवा तो बहुत खुश हाँ, हूँ मैं चाहना गा कि तुम अड हो जाओ। बापू साढ़े दोवों की वधिया निवरी है, तेन तराज की साढ़े कट्ठे रहन च, मैनू एक गल दस पहला। पुत मैनू तराज नहीं, छोटे घर वाले तराज आ, मैनू कहा तराज होगा, पुछ लो उन्होंने, जिहड़ा बंदा टाइम ते रोटी नहीं दे सकदा होर सानू की दे दूगा। वो ना बापू जी, तुसीं ऐ दसो कदे मैं तुहानू रोटी पुछी नहीं या बना के ना दित्ती होवे। पुत रोटी पुछी आ, तू भी पुछी आ, तू भी बहुत सेवा करी आ, उन्हें भी करी आ, रौला तो छोटी जिहड़ी बारी बनी भी ना, बारी के चक्कर चक्कर च असीं भुखे मारे जावांगे। बापू जी मेरी कोई गलती नहीं, मैनू ना तुसीं ना ही कहो ते चंगा रहोगे, आ गलती सारी छोटी दी है, इन्हें रोटी बना के नहीं दित्ती, गल इत्थों वधी है। पुत चल तेरी गलती नहीं, ओदी तां हैगी आ, इक दी तां हैगी आ, तां गल मानदी आ तूं, इह तां गल मानदी आ ना। तां फिर बापू जी छड्ड होण लई किड्डी क गल हो गई, तुसीं प्यार नाल समझा भी तां सकदे हो, जरूरी थोड़ा भी अड होणा आ, गलतियां तां हरेक तों ही हुंदियां ने। देख पुत जिहड़ा मैं फैसला लैता ना, कोई सोच समझ के कीता गा, ना तां मैं सोनू माड़ा कहां ते ना ही मैं उन्होंने माड़ा कहां, मैं किसी माड़ा ही कहता, तुसीं मेरी बहुत सेवा कीती है, पर मैं हुण तुहानूं इह गल कहना गा, ਤੁਸੀਂ ਆਪਦਾ ਚੰਗਾ ਕਰਕੇ ਖਾਇਓ ਜੇ ਮਾੜਾ ਖਾਇਓ, ਤੁਸੀਂ ਆਪਦਾ ਬਣਾ ਕੇ ਖਾਇਓ ਉਹ ਆਪਦਾ ਬਣਾ ਕੇ ਖਾਣਗੇ, ਜੇ ਸਾਨੂੰ ਕਿਸੇ ਨੇ ਰੋਟੀ ਦੇਣੀ ਆ ਤਾਂ ਦੇ ਦਿਓ, ਨਹੀਂ ਆਪਦਿਆਂ ਲਾ ਕੇ ਖਾ ਲਾਂਗੇ, ਮੇਰੇ ਕੋਲ ਤਾਂ ਗੱਲ ਸਿੱਧੀ ਜੀ ਆ। ਅਤੇ ਫਿਰ ਦੂਜੀ ਗੱਲ ਇਹ ਆ ਗਈ ਵੀ ਮੈਂ ਤਾਂ ਐਂ ਕਹਿੰਦਾ ਮੇਰੇ ਜਾਂਦੇ ਜੀ ਕੱਲ੍ਹ ਜ਼ਮੀਨ ਖਾਤਰ ਲੜੀ ਜਾਓਗੇ, ਵੀ ਮੈਨੂੰ ਘੱਟ ਦਿੱਤੀ ਹੈ ਵੱਧ ਦਿੱਤੀ ਆ, ਆਹ ਤਾਂ ਮੇਰੇ ਜਾਂਦੇ ਜਾਂਦੇ ਵੰਡ ਲਓ, ਠੀਕ ਆ। ਇੱਕ ਗੱਲ ਜ਼ਰੂਰ ਆ ਗਿਆ, ਆਹ ਜਿੰਨੇ ਤੱਕ ਮੈਂ ਜਾਂਦਾ ਉਨ੍ਹਾਂ 'ਚ ਆਪਣੇ ਵਿਹੜੇ 'ਚ ਕੰਧ ਨਹੀਂ ਨਿਕਲਦੀ, ਇਹ ਵਿਹੜਾ ਸਾਂਝਾ ਰਹੂਗਾ। ਉਹ ਤਾਂ ਚੱਲ ਬਾਪੂ ਗੱਲ ਠੀਕ ਆ, ਬਾਕੀ ਚੱਲ ਤੇਰੀ ਮਰਜ਼ੀ ਆ। ਦੇਖ ਪੁੱਤ ਜਿਹੜਾ ਆਪਣਾ ਇਹ ਮਕਾਨ ਆ, ਇਹ ਤਾਂ ਤੂੰ ਚੰਨੀ ਨੂੰ ਦੇ ਦੇ, ਠੀਕ ਹੈ, ਅਤੇ ਤੂੰ ਤਾਂ ਮੁਲਾਜ਼ਮ ਆਗਾ, ਤੂੰ ਤਾਂ 6 ਮਹੀਨੇ ਜਦ ਮਕਾਨ ਖੜਾ ਕਰ ਲੇਗਾ ਅਤੇ ਤੂੰ ਆਪਦਾ ਮਕਾਨ ਨਵਾਂ ਬਣਾ ਲਈ। ਬਾਪੂ ਇਹ ਤੂੰ ਕੀ ਕਹਿ ਰਹੇਗਾ, ਮੇਰੇ ਕੋਲ ਮੁਲਾਜ਼ਮ ਬੰਦੇ ਆਉਂਦੇ ਨੇ, ਮੈਂ ਇਸ ਘਰ ਵਿੱਚ ਰਹੂੰਗਾ ਨਾ, ਇਹ ਮੈਂ ਮਕਾਨ ਰੱਖੂੰਗਾ, ਇਹ ਕੋਈ ਨਵਾਂ ਬਣਾਉਣਾ ਉਹਨੂੰ ਬਣਾ ਕੇ ਦੇ ਦੇ, ਉਹ 'ਚ ਮੈਂ ਇਹਦੀ ਮਦਦ ਕਰ ਦੂੰਗਾ ਪੈਸੇ ਦੀ। ਪੁੱਤ ਮੈਂ ਤਾਂ ਐਂ ਕਹਿੰਦਾ ਸੀ ਤੇਰੀ ਤਨਖਾਹ ਚੰਗੀ ਆ, ਤੂੰ 6 ਮਹੀਨੇ ਮਕਾਨ ਖੜਾ ਕਰ ਲੇਗਾ, ਉਹ ਕਿੱਥੋਂ ਕਰ ਲੂਗਾ, ਤੈਨੂੰ ਤੇਰੇ ਭਰਾ ਦਾ ਪਤਾ ਹੀ ਆ ਵੀ ਤੂੰ ਤਾਂ ਬਣਾ ਲੇਗਾ, ਉਹ ਤੋਂ ਨਹੀਂ ਬਣਨਾ ਮਕਾਨ, ਮੈਂ ਤੈਨੂੰ ਤਾਂ ਕਹਿਣਾਗਾ। ਨਹੀਂ ਬਾਪੂ ਮੈਂ ਤਾਂ ਇਹੀ ਮਕਾਨ ਰੱਖੂੰਗਾ, ਜਿਹਨਿਆਂ ਦਾ ਰਹਿਣਾ ਅੱਡ ਪਾਲੇ, ਮੈਂ ਕਹਿ ਰਿਹਾ ਮੈਂ ਪੈਸੇ ਦੇ ਦੂੰਗਾ ਇਹਨੂੰ, ਨਾਲੇ ਇਹਦੀ ਮਦਦ ਕਰ ਦੂੰ ਜਿਹੜੀ ਹੋਈ, ਮੈਂ ਇਹੀ ਮਕਾਨ ਰੱਖਣਾਗਾ। ਮੈਂ ਗੱਲ ਆ ਪੁੱਤ ਆ ਦੇਖ ਲਾ, ਜਿਹੜੀ ਤੂੰ ਗੱਲ ਕਹਿਣਾ ਇਹ ਤੈਨੂੰ ਕਰਨੀ ਪਊ, ਕੱਲ੍ਹ ਨੂੰ ਕਿਤੇ ਇਹ ਗੱਲ ਨਾ ਹੋਵੇ ਤੂੰ ਇਹ ਮਕਾਨ ਰੱਖ ਲੇ ਅਤੇ ਮੁੜ ਕੇ ਧੱਕਾ ਖਾਂਦਾ, ਫਿਰ ਤੈਨੂੰ ਮਕਾਨ ਇਹਨੂੰ ਬਣਾ ਕੇ ਦੇਣਾ ਪਊਗਾ, ਇਹ ਗੱਲ ਆਪਦੇ ਹੁਣ ਸੋਚ ਲਾ। ਨਾ ਨਾ ਕੋਈ ਨਾ ਬਾਪੂ, ਸੋਚੀ ਹੈਗੀ, ਇਹ ਮਕਾਨ ਤਾਂ ਮੈਂ ਹੀ ਰੱਖੂੰਗਾ। ਦੇਖ ਚੰਨੀ ਪੁੱਤ ਕਿਵੇਂ ਲੱਗਦਾ ਤੈਨੂੰ? ਠੀਕ ਹੈ ਬਾਪੂ, ਦੂਜੋ ਫੈਸਲਾ ਕਰਤਾ, ਠੀਕ ਹੈ। ਠੀਕ ਨਹੀਂ ਪੁੱਤ, ਮੈਂ ਤਾਂ ਤੈਨੂੰ ਇਹ ਮਕਾਨ ਦੇ ਕੇ ਰਾਜੀ ਸੀਗਾ, ਚੱਲ ਇਹ ਕਹਿੰਦਾ ਮੇਰੇ ਕੋਲ ਮਹਾਰਾਜ ਬੰਦੇ ਆਉਂਦੇ ਆਗੇ ਅਤੇ ਤੇਰੀ ਤੈਨੂੰ ਫਿਰ ਨਵਾਂ ਮਕਾਨ ਪਾ ਦੂਗਾ, ਤੇਰੀ ਇਹ ਮਦਦ ਕਰ ਦੂ ਉਹਦੇ 'ਚ, ਠੀਕ ਹੈ? ਠੀਕ ਹੈ ਬਾਪੂ, ਠੀਕ ਹੈ ਨਾ ਹੁਣ? ਠੀਕ ਹੈ ਬਾਪੂ। ਹਾਂ ਹਾਂ, ਅਤੇ ਬਾਕੀ ਸਿਰੇ ਤਾਂ ਇਹ ਗੱਲ ਭਾਈ ਸਾਡੀ, ਸਾਨੂੰ ਕਿਹੜਾ ਰੱਖੂਗਾ, ਤੁਸੀਂ ਆਪਦਾ ਦੇਖ ਲਓ। ਠੀਕ ਹੈ ਪੁੱਤ, ਆਹ ਘਰ ਤੂੰ ਰੱਖਣਾ, ਪਰ ਇਹ ਨਾ ਹੋਵੇ ਮੇਰਾ ਛੋਟਾ ਕਿਤੇ ਘਰ ਬੰਨਿਓ ਰਹਿ ਜੇ ਅਤੇ ਸਾਰੀ ਉਮਰ ਸਾਨੂੰ ਗਾਲਾਂ ਕੱਢਦਾ ਰਹੇ ਵੀ ਮੇਰੇ ਮਾਂ ਬਾਪ ਨੇ ਕੀ ਕੀਤਾ ਮੇਰੇ ਵਾਸਤੇ, ਇਸ ਗੱਲ ਦਾ ਤੂੰ ਧਿਆਨ ਰੱਖੀ। ਬੇਬੇ ਤੂੰ ਫਿਕਰ ਨਾ ਕਰ, ਜਦੋਂ ਮੈਂ ਇੱਕ ਵਾਰ ਕਹੀ ਦਿੱਤਾ ਕਿ ਬਣਾ ਕੇ ਦੇਊਂਗਾ। ਚਲੋ ਤਾਂ ਤੇਰੀ ਗੱਲ ਠੀਕ ਹੈ ਪੁੱਤ, ਕਹਿ ਤਾਂ ਦਿੱਤਾ, ਕੱਲ ਨੂੰ ਮੁੜ ਕੇ ਉਹ ਗੱਲਾਂ ਹੋਰ ਹੋ ਜਾਂਦੇ ਤਾਂ ਕਹਿਣੇ ਆ, ਮੁੜ ਕੇ ਸਾਨੂੰ ਹੀ ਗਾਲਾਂ ਕੱਢੂਗਾ ਵੀ ਸਾਡਾ ਪਿਓ ਕੀ ਕਰ ਗਿਆ। ਤੇ ਨਾਲੇ ਪੁੱਤ ਤੈਨੂੰ ਪਤਾ ਹੈ ਇਹ ਘੱਟ ਪੜ੍ਹਿਆ ਲਿਖਿਆ ਹੈਗਾ, ਫਿਰ ਸਾਡੇ ਜੁੰਮੇ ਆ ਜੂ ਸਾਰੀ ਗੱਲ। ਦੇਖ ਪੁੱਤ ਠੀਕ ਆ ਹੁਣ? ਠੀਕ ਹੈ ਬਾਪੂ। ਹਾਂ ਹੁਣ ਵਾਰੀ ਵਾਰੀ ਗੱਲ ਕਹਿੰਦੇ ਚੰਗੇ ਨਹੀਂ ਲੱਗਦੇ, ਨਾ ਹੀ ਸਾਨੂੰ ਦੁਬਾਰੇ ਕਹਿਣੇ ਹੀ ਪਵੇ, ਅਤੇ ਬਸ ਤੂੰ ਇਹਦਾ ਮਕਾਨ ਬਣਾ ਦੀ, ਠੀਕ ਹੈ? ਕੋਈ ਗੱਲ ਨਹੀਂ। ਦੇਖ ਚੰਨੀ ਪੁੱਤ ਤੂੰ ਦੱਸ, ਤੈਨੂੰ ਮਨਜ਼ੂਰ ਆ ਹੁਣ? ਠੀਕ ਆ ਬਾਪੂ, ਸਾਨੂੰ ਤਾਂ ਘਰ ਚਾਹੀਦਾ, ਭਾ ਤੂੰ ਪਵਾ ਕੇ ਦੇ ਦੀ, ਭਾਉ ਪਵਾ ਕੇ ਦੇ ਦੇ। ਚਲ ਠੀਕ ਹੈ ਬਾਪੂ, ਫਿਰ ਮੈਂ ਰੋਟੀ ਪਾਣੀ ਖਾਣਾਗਾ। ਖਾ ਲਓ ਖਾ ਲਓ, ਕੋਈ ਗੱਲ ਨਹੀਂ, ਆ ਦੇ ਆਣੋ। ਚਲ ਬਾਪੂ ਮੈਂ ਰੋਟੀ ਲੈ ਕੇ ਦੇ, ਤੇ ਕੋਈ ਮਾੜੀਆਂ ਖਾਓ। ਦੇਖ ਪੁੱਤ ਪਹਿਲਾਂ ਗੱਲ ਕੁਛ ਹੋਰ ਸੀਗੀ, ਹੁਣ ਗੱਲ ਕੁਛ ਹੋਰ ਆ, ਹੁਣ ਆਪਦਾ ਆਪਦਾ ਸਾਲੀ ਤੈਨੂੰ ਪਤਾ ਹੀ ਆ, ਉਹਦਾ ਮੁਲਾਜ਼ਮ ਹੁੰਦਾ, ਉਹਦੀ ਤਾਂ ਚੰਗੀ ਤਨਖਾਹ ਆਉਂਦੀ ਆ, ਤੈਨੂੰ ਹੁਣ ਆਪਦੇ ਹਿਸਾਬ ਨਾਲ ਚੱਲਣਾ ਪਊ ਉਹਨਾਂ ਨੂੰ। ਠੀਕ ਹੈ ਬਾਪੂ, ਅਸੀਂ ਆਪਦੇ ਹਿਸਾਬ ਨਾਲ ਚੱਲਾਂਗੇ। ਹਾਂ ਜਿੰਨੇ ਕੁ ਭਾਈ ਅਸੀਂ ਯੋਗਰੇ ਹੈਗੇ ਤੇਰੇ ਨਾਲ ਖੜੇ ਹਾਂਗੇ। ਚੱਲ ਠੀਕ ਆ, ਸਭ ਕੁਛ ਬਣ ਜੂ ਪੁੱਤ ਤੇਰਾ ਵੀ, ਤੇ ਕਰਨਾ ਕਰ ਉਹ ਬਾਅਦ ਅਗਲਾ ਕਹਿੰਦਾ ਯਾਰ, ਗੱਲ ਤਾਂ ਹੀ ਹੋਈ ਹੈਗੀ, ਚੱਲ ਮੈਨੂੰ ਐਂ ਸੀਗਾ ਜੇ ਆਹ ਮਕਾਨ ਇਹਦੇ ਕੋਲ ਰਹਿਣ ਦਾ ਚੰਗਾ ਸੀਗਾ, ਚੱਲ ਇਹ ਕਹਿੰਦਾ ਹੁਣ ਮੇਰੇ ਕੋਲ ਮੁਲਾਜ਼ਮ ਆਉਂਦੇ ਆ। ਆਹ ਦੇਖ ਮੁੰਡਾ ਕਹਿੰਦਾ ਸੀਗਾ ਬਾਪੂ ਸਾਡੇ ਦੋਨੇ ਭਰਾਵਾਂ ਦੀ ਵਧੀਆ ਨਿਭਦੀ, ਉਹਨੂੰ ਕੀ ਪਤਾ, ਦੇਖ ਤੈਨੂੰ ਪਤਾ ਜਾਂ ਮੈਨੂੰ ਪਤਾ, ਝਾੜੂ ਪਿੱਛੇ ਲੜ ਪੈਂਦੇਗਾ,
ਮੜੇ ਖਾਤਰ ਉਹਨਾਂ ਨੂੰ ਕੀ ਪਤਾ, ਉਹ ਤਾਂ ਆਪ ਡਿਊਟੀ ਤੇ ਰਹਿੰਦਾ, ਇਹ ਚੌਧਰੀ ਖੇਤ ਵਗ ਜਾਂਦਾ ਗਾ, ਹੁਣ ਇੱਦਾਂ ਮਾੜੀ ਮਾੜੀ ਗੱਲ ਤੇ ਲੜੀ ਜਾਂਦੇ ਰਹਿੰਦੀਆਂ, ਮੈਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ। ਆਹ ਰੋਟੀਆਂ ਦੇਖ ਲਾ, ਰੋਟੀਆਂ ਦੇ ਵੀ ਬਾਰੀਆਂ ਬੰਨੀ ਬੈਠੇ, ਰੋਟੀ ਦਾ ਤਾਂ ਟਾਈਮ ਤੇ ਨਹੀਂ ਮਿਲਦੀ, ਕੱਪੜੇ ਲੀੜੇ ਪਿੱਛੇ ਲੜਦੀਆਂ ਨੇ, ਪਸ਼ੂ ਸਾਹਮਣੇ ਪਿੱਛੇ ਲੜਦੀਆਂ, ਆਸੂ ਜੇ ਟਲੀ ਜਾਂਦੀਆਂ, ਜੇ ਕਹਿੰਦੇ ਤਾਂ ਆਪਾਂ ਬੁਰੇ ਵੱਜਦੇ ਹਾਂਗੇ। ਰਿਸ਼ਤੇਦਾਰ ਮੁੰਡੇ ਆਹ ਸ਼ਾਮੀ ਨੀ ਮੈਂ ਬੇਇੱਜ਼ਤੀ ਹੁੰਦੀ ਆ, ਉੱਤੇ ਜਿੱਤੇ ਖੂਹ ਆਈ ਹੈਗੀ, ਫਿਰ ਕਿਸੇ ਨੇ ਪਾਇਆ ਰਾਜ ਤੁਹਾਡੇ ਤੇ ਚੜਾਉਣ ਗਿਆ ਤੇ ਮੈਨੂੰ ਸੌ ਕੁਛ ਬੋਲੀ ਦੇਖਿਆ ਕਦੇ, ਆਹ ਇੱਜ਼ਤ ਤਾਂ ਛੋਟੀ ਘਰੇ ਦੋਨੇ ਜਾ ਕੇ ਤੁਸੀਂ ਕਹਿ ਨਹੀਂ ਸਕਦੇ। ਹੁਣ ਇਹਨੂੰ ਵੱਡੀ ਨੂੰ ਤਾਂ ਨੌਕਰੀ ਦਾ ਹਕਾਰ ਵੀ ਮੇਰੇ ਕੋਲ ਨੌਕਰੀ, ਉਹ ਤਾਂ ਨਹੀਂ ਕੰਮ ਕਰਦੀ, ਆ ਦੂਜੀ ਉਹਨੂੰ ਦੇਖ ਲੈਂਦੀ ਹੈ, ਇੱਕ ਦੂਜੇ ਨੂੰ ਖਰਚਾ ਕਰੀ ਜਾਣਗੇ, ਉਹਨੇ ਵੱਧ ਕਰਤਾ ਉਹਨੇ ਘੱਟ ਕਰਤਾ, ਇਹਦਾ ਜੀ ਕਰਦਾ ਕਿਹੜੇ ਮਾਂ ਪਿਓ ਦਾ ਜੀ ਕਰਦਾ ਵੀ ਆਪਦੇ ਮਾਂ ਧੀ ਪੁੱਤ ਨੂੰ ਅੱਟ ਕਰਦਾ। ਚੱਲ ਆ ਚੰਗਾ ਹੀ ਕੀਤਾ ਜਿਹੜਾ ਕੀਤਾ ਆਪਦੇ ਹੱਥੀ, ਆਪਾਂ ਇਹਨਾਂ ਨੂੰ ਕਹਿਤਾ ਨਾ, ਇਹਨਾਂ ਦਾ ਕੁਛ ਨਾ ਕੁਛ ਹੁਣ ਬਣ ਜੂਗਾ, ਬਣ ਜੂਗਾ, ਆ ਤਾਂ ਬਣਾ ਲੈਣਗੇ ਆਪਦੇ ਘਰ ਨੂੰ ਤਾਂ ਕਰੇਗਾ, ਤੇ ਜੇ ਐਂ ਰੱਖਦੇ ਨਾ ਕਿਸੇ ਨੇ ਕੁਛ ਨਹੀਂ ਬਣਨਾ, ਜੇ ਡੋਲਣਗੀਆਂ ਤਾਂ ਇਹਨਾਂ ਨੂੰ ਫਿਕਰ ਹੋਊਗਾ, ਵਿਗਾੜਨੀਆਂ ਸਾਂਭਣਗੀਆਂ ਤਾਂ ਇਹਨਾਂ ਨੂੰ ਫਿਕਰ ਹੋਊਗਾ, ਆਪਣਾ ਫਿਕਰ ਮੁੱਕ ਗਿਆ ਹੁਣ। ਹਾਂ ਇਹਨਾਂ ਨੂੰ ਤਾਂ ਹੋ ਗਿਆ, ਬਾਪੂ ਨੇ ਸਾਨੂੰ ਜਾਣ ਬੁੱਝ ਕੇ ਹੱਟ ਕਰਤਾ, ਬਾਪੂ ਵੀ ਕਮਲਾ ਨਹੀਂ, ਬਾਪੂ ਨੂੰ ਦੇਸੀ ਜਾਂਦਾ ਸੀਗਾ, ਹੁਣ ਇਹਨਾਂ ਦਾ ਕੁਛ ਨਾ ਕੁਛ ਬਣ ਜੂਗਾ, ਨਾਲ ਸਿਆਣੇ ਹੋ ਜਾਣਗੇ। ਚੱਲ ਕਰ ਤੂਰਾ ਚਾਹ ਦੀ ਘੁੱਟ ਬਣਾ ਲਾ। ਚੱਲ ਠੀਕ ਹੈ, ਕੋਈ ਗੱਲ ਨਹੀਂ, ਰਹਿ ਗਿਆ ਛੋਟਾ, ਹੁਣ ਛੋਟੇ ਦਾ ਵੀ ਕੁਛ ਨਾ ਕੁਛ ਬਣ ਜੂਗਾ, ਜਿਹਨੇ ਘਰ ਵਾਲ ਨੂੰ ਪੈਸੇ ਦੇ ਤਾਂ ਠੀਕ ਆ, ਨਹੀਂ ਪਰ ਮੈਂ ਤਾਂ ਕਰ ਹੀ ਦਿੰਦਾ, ਜੁਗਾੜ ਆਪਣੇ ਕੋਲ ਹੈਗਾ ਗਾ। ਬੁਲਬੁਲ ਬੁਲਬੁਲ ਕਿੱਧਰ ਭੱਜ ਗਈ ਯਾਰ, ਕੀ ਹੋਇਆ, ਕਿਉਂ ਹਾਕਾ ਮਾਰੀ ਹੋਈ ਆ? ਮੈਂ ਅੰਦਰ ਵਾਜਾ ਮਾਰੀ, ਇੰਨਾ ਘੰਟਾ ਹੋ ਗਿਆ, ਮੈਂ ਤਾਂ ਕੱਖ ਪਾਉਂਦੀ ਪਈ ਸੀ ਪਸ਼ੂਆਂ ਨੂੰ, ਤੁਸੀਂ ਤਿਆਰ ਹੋ ਕੇ ਕਿੱਧਰ ਨੂੰ? ਸਾਹਿਬ ਦਾ ਫੋਨ ਆਇਆ ਗਾ, ਕਹਿੰਦੇ ਵੀ ਹੁਣ ਨਾਕਾ ਲਾਉਣਾ ਗਾ ਉੱਥੇ ਜਾ ਕੇ, ਮੈਨੂੰ ਜਾਣਾ ਪੈਣਾ, ਨਾਲੇ ਅੱਜ ਮੇਰੀ ਰਾਤ ਦੀ ਡਿਊਟੀ ਆ, ਨਹੀਂ ਪਤਾ ਮੈਨੂੰ ਰਾਤ ਨੂੰ ਉੱਥੇ ਰਹਿਣਾ ਪਵੇ। ਅੱਛਾ ਫਿਰ ਮੈਂ ਰੋਟੀ ਬਣਾ ਦਿੰਦੀ ਆ। ਰੋਟੀ ਹੁਣ ਮੈਨੂੰ ਕਾਲੀ ਆ, ਉਹ ਪਹਿਲਾਂ ਬਣਾਉਣੀ ਸੀ ਜੇ ਤਾਂ। ਚਲੋ ਕੋਈ ਨਾ, 2 ਮਿੰਟ ਲੱਗਣੇ ਆ ਮੈਨੂੰ। ਚੱਲ ਛੱਡ, ਮੈਂ ਉੱਥੇ ਖਾ ਲੂੰਗਾ, ਕੋਈ ਗੱਲ ਨਹੀਂ। ਠੀਕ ਆ। ਯੂੰ ਹੀ ਗੁੱਸਾ ਕਰਕੇ ਬਹਿ ਜਾਂਦੇ ਨੇ। ਵੀ ਲੈ ਦੱਸ, 2 ਮਿੰਟ ਤਾਂ ਲੱਗਣੇ ਨੇ ਰੋਟੀ ਬਣਾਉਣ ਨੂੰ। ਲੈ ਦੇਖ ਲਾ, ਸਾਰਾ ਖਲਾਰਾ ਪਾ ਗਈ ਆ। ਕਹਿ ਨਹੀਂ ਹੁੰਦਾ ਵੀ ਮੈਂ ਬੋਕਰ ਮਾਰ ਦਵਾਂ, ਖੜ ਜਾ ਮੈਂ ਕਰਦੀ ਆ ਬੇਬੇ ਨਾਲ ਗੱਲ, ਦੱਸਦੀ ਆ ਉਹਨੂੰ, ਭਾਂਡੇ ਤਾਂ ਬਾਅਦ 'ਚ ਹੀ ਮਾਂਜੂ। ਜੇ ਬੇਬੇ ਮੈਂ ਬੋਲੂੰਗੀ ਤਾਂ ਕਹੋਂਗੇ ਛੋਟੀ ਬੋਲਦੀ ਆ। ਹੁਣ ਕੀ ਹੋ ਗਿਆ ਪੁੱਤ? ਵੱਡੀ ਦੀਦੀ ਉਧਰੋਂ ਪੱਠੇ ਕੁਦਰ ਕੇ ਲੈ ਕੇ ਗਈ ਆ। ਹਾਂ ਹੁਣੇ ਮੈਂ ਬੋਕਰ ਮਾਰ ਕੇ ਆਈ ਆ, ਠੀਕ ਆ? ਅੱਛਾ ਤੇ ਸਾਰਾ ਖਲਾਰਾ ਪਾ ਗਈ ਆ। ਚੱਲ ਪੁੱਤ ਕੋਈ ਗੱਲ ਨਹੀਂ। ਉਹ ਗੱਲ ਨਹੀਂ ਆ ਬੇਬੇ, ਤੁਸੀਂ ਆਹੀ ਕਹਿ ਦੇਣਾ ਚੱਲ ਕੋਈ ਨਾ, ਚੱਲ ਤੂੰ ਮੇਰੀ ਗੱਲ ਸੁਣ ਪੁੱਤ, ਉਹਦਾ ਤਾਂ ਦਿਮਾਗ ਘੱਟ ਹੈ, ਕੋਈ ਗੱਲ ਨਹੀਂ, ਬੋਕਰ ਦਾ ਕੀ ਹੈ ਪੁੱਤ, ਬੋਕਰ ਮੈਂ ਕੱਢ ਦਿੰਦੀ ਹੈਗੀ। ਬੰਦਾ ਕਮ ਸੇ ਕਮ ਸਾਰੇ ਕੱਖ ਇਕੱਠੇ ਤਾਂ ਕਰ ਦਿੰਦਾ ਝਾੜੂ ਮਾਰ ਕੇ, ਇਹਨੇ ਜਾਣ ਕੇ ਲੜਾਈ ਕਰਨੀ ਹੁੰਦੀ ਆ। ਚੱਲ ਪੁੱਤ ਉਹਦਾ ਤਾਂ ਦਿਮਾਗ ਹੀ ਇਹੋ ਜਿਹਾ, ਆਪ ਚੁੱਪ ਰਹੋ, ਜ਼ਰੂਰੀ ਥੋੜੀ ਆਪਾਂ ਕੋਈ ਲੜਾਈ ਕਰਨੀ ਹੈਗੀ। ਇਹਨੇ ਅੱਡ ਵੀ ਕਰਾਤਾ ਹਨਾ, ਅੱਡ ਕਰਾ ਕੇ ਵੀ ਫਿਰ ਵੀ ਕਲੇਸ਼ ਕਰਵਾਉਣ ਵਾਲੀ ਗੱਲਾਂ ਕਰਦੀ ਆ। ਲੈ ਪੁੱਤ ਤੂੰ ਐਂ ਕਿਉਂ ਕਰੀ ਜਾਂਦੀ ਆ, ਬੋਕਰ ਤਾਂ ਮੈਂ ਮਾਰ ਦਿੰਦੀ ਆ, ਐਵੇਂ ਨਾ ਤੂੰ ਔਖੀ ਹੋਈ ਜਾ। ਬੇਬੇ ਪਰ ਤੂੰ ਉਹਨੂੰ ਨਾ ਕਹੀ ਨਾ ਬੋਕਰ ਮਾਰਨ ਨੂੰ, ਤੂੰ ਐਂ ਨਹੀਂ ਕਹਿੰਦੀ ਵੀ ਮੈਂ ਉਹ ਤਾਂ ਡਰਦੀ ਆ। ਡਰ ਡੁਰ ਵਾਲੀ ਗੱਲ ਨਹੀਂ ਹੁੰਦੀ ਪੁੱਤ, ਚੁੱਪ ਚੰਗੀ ਹੁੰਦੀ ਆ, ਐਵੇਂ ਮੈਂ ਬਰਾਬਰੀ ਕਰਦੀ ਚੰਗੀ ਨਹੀਂ ਲੱਗਦੀ ਹੈਗੀ ਉਹਦੇ ਨਾਲ, ਠੀਕ ਹੈ ਨਾ? ਬੇਬੇ ਇਹਨੇ ਤਾਂ ਹੁਣ ਸਾਨੂੰ ਅੱਡ ਕਰਾ ਹੀ ਦਿੱਤਾ, ਹੁਣ ਇਹ ਅੱਡ ਕਰਾ ਕੇ ਵੀ ਨਹੀਂ ਰੱਜਦੀ ਹੈਗੀ, ਹੁਣ ਇਹ ਐਂ ਚਾਹੁੰਦੀ ਆ ਵੀ ਮੈਂ ਆਹ ਕੁਛ ਕਰੂੰਗੀ ਨਾ ਤੇ ਇਸ ਤੋਂ ਚੰਗਾ ਇਹ ਐਂ ਰੌਲਾ ਰੱਪੇ 'ਚ ਘਰ 'ਚੋਂ ਹੀ ਨਿਕਲ ਜਾਣ ਇਹ ਦੋਨੋਂ ਜੀ। ਪੁੱਤ ਸਾਡੇ ਹੁੰਦੇ ਤੁਹਾਨੂੰ ਕੌਣ ਕੱਢ ਦੂ ਘਰ 'ਚੋਂ, ਮੇਰੀ ਗੱਲ ਸੁਣ, ਨਾਲੇ ਇੱਥੇ ਬਹਿ ਕੇ ਗੱਲ ਹੋਈ ਹੈ ਤੇਰੇ ਬਾਪੂ ਦੇ ਸਾਹਮਣੇ, ਠੀਕ ਹੈ? ਤੁਹਾਡਾ ਘਰ ਪਵਾ ਕੇ ਛੱਡਾਂਗੇ, ਤੂੰ ਫਿਕਰ ਨਾ ਕਰ। ਪਰ ਬੇਬੇ ਮੈਂ ਤਾਂ ਕਹਿੰਦੇ ਤੁਸੀਂ ਜਲਦੀ ਕੰਮ ਥੋੜ੍ਹਾ ਜਿਹਾ ਗੱਲ ਕਰੋ, ਠੀਕ ਹੈ ਨਾ, ਵੀ ਸਾਡਾ ਘਰ ਬਣਦਾ ਹੋ ਜਾਵੇ। ਚੱਲ ਤੇਰੇ ਬਾਪੂ ਨਾਲ ਗੱਲ ਕਰ ਲੂੰਗੀ ਮੈਂ, ਠੀਕ ਹੈ ਨਾ? ਐਵੇਂ ਰੋਜ਼ ਦਾ ਕੰਜਰ ਕਲੇਸ਼ ਕਰਦੀ ਰਹੀ ਨਾ, ਐਵੇਂ ਸਾਨੂੰ ਕਿਤੇ ਜਾ ਕੇ ਕਿਰਾਏ ਤੇ ਬੈਠਣਾ ਪੈ ਜਾਵੇ। ਨਾ ਨਾ ਪੁੱਤ ਆਹ ਕੀ ਗੱਲ ਕਰਤੀ ਤੂੰ, ਸਾਡੇ ਹੁੰਦੇ ਕਿਰਾਇਆਂ ਤੇ, ਨਾ ਨਾ ਚੰਗਾ ਨਹੀਂ ਲੱਗਦਾ ਹੈਗਾ, ਮੈਂ ਤੈਨੂੰ ਦੱਸਾਂ। ਚੱਲ ਬੇਬੇ ਤੂੰ ਇੱਕ ਵਾਰੀ ਨਾ ਬਾਪੂ ਨਾਲ ਗੱਲ ਕਰਕੇ ਜ਼ਰੂਰ ਦੱਸੀ, ਠੀਕ ਹੈ? ਠੀਕ ਹੈ ਪੁੱਤ। ਤੇ ਤੂੰ ਬੈਠ, ਮੈਂ ਰੋਟੀ ਬਣਾ ਲਿਆਉਂਦੀ, ਚੰਗਾ? ਚੱਲ ਚੰਗਾ, ਲੈ ਯਾਰ ਰੋਟੀ ਲੈ। ਦੱਸ ਅੱਡ ਵਿੱਡ ਵੀ ਕਰਤੇ, ਆ ਕਿਚਕਿਚ ਨਾ ਇਹਨਾਂ ਦੀ ਮੁੱਕੀ। ਚੱਲ ਕੋਈ ਨਾ, ਕਰਦੀ ਇਹਦੇ ਬਾਪੂ ਨਾਲ ਗੱਲ।
ਛੋਟੀ ਨੇ ਸੰਭਰਿਆ ਹੋਣਾ ਗਾ ਉਹ ਵੱਡੀ ਉਧਰ ਪੱਠੇ ਕੁਤਰਨ ਗਈ ਉਵੇਂ ਖਲਿਆਰਾ ਪਾ ਕੇ ਆ ਗਈ ਉਹ ਕਹਿੰਦੀ ਦੇਖ ਲਾ ਮਾਂ ਐਂ ਕਰਦੀ ਆ ਬਹੁਤ ਕਰਦੀ ਇਹਨਾਂ ਤਾਂ ਲੋਟ ਹੀ ਨੀ ਆਉਂਦਾ ਹੈਗਾ ਮੈਂ ਤਾਂ ਕਹਿੰਦੀ ਇਹਨਾਂ ਦਾ ਜਲਦੀ ਘਰ ਜਾ ਪਵਾ ਦੇ ਆ ਕੰਜਰ ਕਲੇਸ ਨਿਬੜੇ ਉਹ ਘਰ ਤਾਂ ਪਵਾ ਦਾਂਗੇ ਉਹ ਪੱਠੇ ਵਾਲੇ ਕੋਲ ਗਿਆ ਸੀਗਾ ਹੁਣ ਉਹ ਪੱਠੇ ਵਾਲਾ ਕਹਿੰਦਾ ਮਾੜਾ ਜਿਹਾ ਜਿੱਥੇ ਇੰਨਾ ਚਿਰ ਖੜ ਗਿਆ 20 ਦਿਨ ਉਹ ਖੜ ਜਾ 20 ਦਿਨਾਂ ਨੂੰ ਥੋੜ੍ਹਾ ਜਿਹਾ ਇੱਟ ਦਾ ਫਰਕ ਪੈ ਜੂ ਕਹਿੰਦਾ ਤੇਰਾ ਵੀ 50-60 ਹਜ਼ਾਰ ਦਾ ਫਾਇਦਾ ਹੋ ਜੂਗਾ ਇੰਨੇ ਨਾਲ ਮੈਂ ਚੱਲ ਕਿੱਥੇ ਇਹਨਾਂ ਦੇ ਲੰਘ 20 ਦਿਨ ਹੋਰ ਲੰਘ ਜਾਣਗੇ ਆ ਛੋਟੀ ਬਥੇਰਾ ਕੁਛ ਕਹਿ ਕੇ ਗਈ ਹੈ ਹੁਣ ਮਾਂ ਛੇਤੀ ਕਰੋ ਸਾਨੂੰ ਤਾਂ ਇਹ ਘਰੋਂ ਕੱਢਣ ਨੂੰ ਫਿਰਦੇ ਆ ਸਾਡਾ ਤਾਂ ਘਰ ਪਵਾ ਦੇ ਹੁਣ ਉਹ ਇਹਨਾਂ ਨੇ ਤਾਂ ਕਹਿਣੀ ਆ ਜਦੋਂ ਕਿਹਾ ਸੀਗਾ ਕੀ ਕੀਤਾ ਯਾਰ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਜਗਾੜ ਕੋਈ ਲੈ ਜਗਾੜ ਕੀ ਤੂੰ ਕਰ ਹੱਲ ਕਰ ਮੁੰਡੇ ਨਾਲ ਵੱਡੇ ਨਾਲ ਗੱਲ ਵੀ ਕਦੋਂ ਭਾਈ ਤੂੰ ਕਹਿ ਦਿੰਦਾ ਪੈਸੇ ਪੂਸੇ ਚੱਲ ਆ ਜਾਂਦੇ ਉਹਨੂੰ ਕੰਮ ਤੋਂ ਅੱਜ ਉਹਨੂੰ ਪੁੱਛ ਦਾਂਗਾ ਪਤਾ ਲੱਗ ਜੂ ਕੀ ਬੋਲਦਾ ਨਾਲੇ ਉਹ ਚੱਲ ਠੀਕ ਆ ਰੋਟੀ ਲੈਣ ਗਈ ਸੀ ਮੈਂ ਦੇਖਦੀ ਆਂ ਉਹ ਮੈਨੂੰ ਤਾਂ ਐਂ ਸੀਗਾ ਵੀ ਚੱਲ ਇਹ ਉਹ ਆਦਾ ਕਰਨਗੇ ਆਦਾ ਕਰਨਗੇ ਰੌਲਾ ਨਿਬੜ ਜੂਗਾ ਮੈਨੂੰ ਕੋਈ ਤਾਂ ਮਾੜੀ ਮਾੜੀ ਗੱਲ ਤੇ ਇਹਨਾਂ ਦਾ ਐਂ ਚੱਲੀ ਜਾਊਗਾ ਮੁਸ਼ਕਲ ਆ ਇਹਨਾਂ ਦਾ ਤਾਂ ਚੱਲ ਠੀਕ ਆ ਖਾ ਲਾ ਮੈਂ ਰੋਟੀ ਲਿਆ ਕੇ ਦੇਵਾਂ ਤੇ ਰੋਟੀ ਬਸ ਰੋਟੀਆਂ ਕਿੱਥੇ ਲੰਘਦੀਆਂ ਜਦੋਂ ਇਹੋ ਜਿਹੀ ਗੱਲ ਸੁਣ ਲੱਗੇ ਵੀ ਹੋਰ ਪੰਗਾ ਪਾਤਾ ਮੈਨੂੰ ਇਹੋ ਜਿਹਾ ਲਾਇਨ ਚੱਲ ਕੋਈ ਗੱਲ ਨਹੀਂ ਚੱਲ ਘਰ ਤਾਂ ਪਾਉਣੀ ਪਊਗਾ ਫਿਰ ਅੱਜ ਪਹਿਲਾਂ ਮੁੰਡੇ ਨਾਲ ਗੱਲ ਕਰਦਾ ਕੀ ਕਹਿੰਦਾ ਉਹ ਤਾਂ ਮੂੰਹ ਸੁੰਘ ਗਏ ਜੇ ਦੇਖਦੇ ਹਾਂ ਕੀ ਬਣਦਾ ਗਾ ਪਤੀ ਲੈਣਾ ਹੋਰ ਮਾਸੀ ਠੀਕ ਹੈ ਤਗੜੀਆਂ ਹਾਂ ਪੁੱਤ ਆ ਜਾ ਨੰਗਿਆ ਮੈਂ ਤਾਂ ਤਗੜੀਆਂ ਹੋਰ ਤੂੰ ਦੱਸ ਕੀ ਹਾਲ ਹੈ ਕਿਵੇਂ ਆਈ ਅੱਜ ਮਾਸੀ ਮੈਂ ਤਾਂ ਤੇਰਾ ਪਤਾ ਲੈਣਾ ਸੀ ਮੈਂ ਸੁਣਿਆ ਤੂੰ ਦੋਨੇ ਨੂੰ ਅੱਡ ਕਰਤੀਆਂ ਨਾਲੇ ਘਰ ਵੀ ਵੰਡਤੇ ਮੇਰੀ ਗੱਲ ਸੁਣ ਲਾ ਅਸੀਂ ਆਪਦੇ ਘਰ ਦੇ ਵਿੱਚ ਜੋ ਮਰਜ਼ੀ ਕਰੀਏ ਠੀਕ ਹੈ ਬਾਹਰਲੇ ਬੰਦੇ ਨੂੰ ਸਾਡੇ ਘਰ ਦੇ ਵਿੱਚ ਦਾਖਲ ਅੰਦਾਜ਼ੀ ਦੀ ਕੋਈ ਲੋੜ ਨਹੀਂ ਹੈਗੀ ਮੈਂ ਕੀ ਕਹਦਾ ਭਲਾ ਮਾਸੀ ਤੂੰ ਤਾਂ ਜੋ ਹੀ ਗਰਮ ਹੀ ਫਿਰਦੀ ਆ ਤੈਨੂੰ ਦੇਖ ਕੇ ਤਾਂ ਨਾ ਮੈਨੂੰ ਉਹੀ ਗਰਮੀ ਚੜ ਜਾਂਦੀ ਆ ਨਾਲੇ ਘਰੇ ਵੀ ਬਹਿ ਜਾ ਕਰ ਲੋਕਾਂ ਦੇ ਘਰਾਂ ਦੀਆਂ ਸੂਹਾਂ ਲੈਂਦੀ ਫਿਰਦੀ ਆ ਨਾਲੇ ਨਾ ਚੁੱਪ ਕਰਕੇ ਲੰਘ ਜਾ ਇਹਦਾ ਬਾਪੂ ਆਗੂਗਾ ਆ ਗਿਆ ਨਾ ਤੇ ਮੈਨੂੰ ਬੋਲੂਗਾ ਵੀ ਇਹਨੂੰ ਘਰੇ ਕਿਉਂ ਵਾੜਿਆ ਨਮਸਤੇ ਮੈਂ ਤੇਰੇ ਘਰੇ ਕੀ ਲੈਣ ਆਉਣ ਸੀ ਭਲਾ ਥੋੜੀ ਥੋੜੀ ਨੂੰ ਮੇਰੇ ਤੋਂ ਪ੍ਰੈਸ ਲੈ ਕੇ ਆਈ ਸੀ ਪ੍ਰੈਸ ਲੈ ਕੇ ਆਈ ਸੀ ਜਾ ਬਲਾ ਉਹਨੂੰ ਕਿੱਥੇ ਆ ਅੰਦਰ ਹੀ ਹੋਣੀ ਆ ਰਸੋਈ 'ਚ ਲੈ ਜਾ ਪ੍ਰੈਸ ਆਪਦੀ ਨਾਲ ਦੀ ਨਾਲ ਲੰਘ ਜੀ ਆਪਦਾ ਕੋਈ ਨਹੀਂ ਸੂਹਾਂ ਲੈਂਦੀ ਫਿਰਦੀ ਆ ਕਿਹੜੀਆਂ ਪ੍ਰੈਸਾਂ ਲੈ ਕਰੀ ਆ ਪ੍ਰੀਤੀ ਹਾਂ ਭੈਣੇ ਕਰੀ ਆ ਬਾਇਆ ਮੰਜੇ ਤੇ ਹੋਰ ਠੀਕ ਹੈ ਹਾਂ ਠੀਕ ਆ ਤੂੰ ਦੱਸ ਠੀਕ ਆ ਪ੍ਰੈਸ ਲੈਣ ਆਈ ਸੀ ਓਹੋ ਮੈਂ ਤਾਂ ਹਲੇ ਕੱਪੜੇ ਪ੍ਰੈਸ ਵੀ ਨਹੀਂ ਕੀਤੇ ਚੱਲ ਕੋਈ ਨਹੀਂ ਭੈਣੇ ਪ੍ਰੈਸ ਤਾਂ ਸ਼ਾਮ ਨੂੰ ਫੜਾ ਜੀ ਨਾਲੇ ਮੈਂ ਸੁਣਿਆ ਤੁਹਾਡੇ ਸੱਸ ਨੇ ਦੋਨਾਂ ਨੂੰ ਅੱਡ ਕਰਤਾ ਭੈਣੇ ਸੁਣਿਆ ਤਾਂ ਤੂੰ ਸਹੀ ਆ ਬੇਬੇ ਬਾਪੂ ਨੇ ਸਹੀ ਕੀਤਾ ਸਾਡੇ ਨਾਲ ਅਲੱਗ ਕਰ ਦਿੱਤਾ ਉਹ ਤੈਨੂੰ ਪਤਾ ਵੱਡੀ ਕੋਈ ਕੰਮ ਕਰਕੇ ਰਾਜੀ ਨਹੀਂ ਸੀ ਸਾਰਾ ਕੰਮ ਮੈਂ ਕਰਦੀ ਸੀਗੀ ਵਧੀਆ ਕੀਤਾ ਸਾਨੂੰ ਅੱਡ ਕਰਤਾ ਸੱਚ ਘਰ ਤੋਂ ਯਾਦ ਤੈਨੂੰ ਕਿਹੜਾ ਕਰ ਦਿੱਤਾ ਆ ਇਹ ਜਿਹੜੇ ਤੇ ਤੂੰ ਬੈਠੀ ਆ ਬੂ ਮੈਂ ਮਰ ਜਾ ਤੁਹਾਨੂੰ ਆ ਕਰ ਦਿੱਤਾ ਸਾਰੀ ਉਮਰ ਦਾ ਖੱਟਿਆ ਕਮਾਇਆ ਹੋਰ ਭੈਣੇ ਬੁੜਾ ਬੁੜੀ ਦਾ ਤੈਨੂੰ ਧੱਕਾ ਕੀਤਾ ਵੱਡਾ ਤਾਂ ਸਰਕਾਰੀ ਮੁਲਾਜ਼ਮ ਲੱਗਿਆ ਤੁਸੀਂ ਦਿਹਾੜੀ ਮਜ਼ਦੂਰੀ ਕਰਦੇ ਹੋ ਤੁਸੀਂ ਕਿਵੇਂ ਘਰ ਪਾਲੋਗੇ ਮੈਨੂੰ ਲੱਗਦਾ ਤੇਰਾ ਦਿਮਾਗ ਘੱਟ ਕੰਮ ਕਰਦਾ ਤੂੰ ਕੁਛ ਬੋਲੀ ਨਹੀਂ ਮੈਂ ਕੀ ਬੋਲਦੀ ਮੇਰਾ ਬੰਦਾ ਕੁਛ ਬੋਲ ਨਹੀਂ ਸਕਿਆ ਮੈਂ ਕੁਛ ਕਰ ਨਹੀਂ ਸਕੀ ਮੈਨੂੰ ਤਾਂ ਜਿਹੋ ਜਿਹਾ ਦੇਤਾ ਬਸ ਠੀਕ ਆ ਹੋਰ ਚੱਲ ਚੁੱਪ ਕਰ ਜੇ ਵੱਡੀ ਆ ਰਹੀ ਆ ਤੁਸੀਂ ਕੀ ਬਣਾਈ ਜਾਂਦੇ ਹੋ ਹਜੇ ਤਾਂ ਕੋਈ ਤਿਆਰੀ ਨਹੀਂ ਭੈਣ ਜਾ ਕੇ ਦੇਖਦੀ ਹਾਂ ਕੀ ਲਿਆਂਦਾ ਅੱਛਾ ਨਾ ਸੱਚ ਜੇ ਤੁਹਾਨੂੰ ਅੱਡ ਹੀ ਕਰਤਾ ਫਿਰ ਸਾਰਾ ਕੁਛ ਅੱਡ ਹੀ ਰੱਖਣਾ ਆਉਂਦਾ ਕੱਪੜੇ ਵੀ ਤੇਰੇ ਵੀੜੇ ਸੁੱਕਣੇ ਪਾਉਣ ਆਉਂਦੀ ਆ ਪਹਿਲਾਂ ਤੋਂ ਹੀ ਸਾਰਾ ਕੁਛ ਇਕੱਠਾ ਸੀ ਨਾ ਨਾ ਜੇ ਤੈਨੂੰ ਅੱਡ ਹੀ ਕਰਤਾ ਤੇਰੇ ਵੀੜੇ 'ਚ ਕੀ ਲੈਣ ਆਉਂਦੀ ਤੁਹਾਡੇ ਵੀੜੇ ਤਾਂ ਗੰਦ ਪਾ ਰੱਖਿਆ ਉਹਦੇ ਵੀ ਮਾੜਾ ਮੋਟਾ ਦੇਖੀ ਕਿੱਡੀ ਸਫਾਈ ਕਰ ਰੱਖੀ ਕਿਤੇ ਇੱਕ ਢੱਕਣ ਦੇਖਿਆ ਮੈਂ ਤਾਂ ਇਹਨਾਂ ਦੇ ਨਹੀਂ ਅੜੀਏ ਜਦੋਂ ਬੁੜਾ ਬੁੜੀ ਨੇ ਸਭ ਕੁਛ ਕਰਤਾ ਹੁਣ ਫਿਰ ਮੈਂ ਕੀ ਕਰ ਸਕਦੀ ਆ ਇੱਕ ਮੇਰਾ ਬੁੱਜੜ ਜਿਹਾ ਘਰ ਵਾਲਾ ਹੈਨਾ ਨਾ ਇਹ ਕੁਛ ਬੋਲਦਾ ਨਾ ਕਰਦਾ ਜੇ ਅੱਜ ਨੂੰ ਬੋਲਦਾ ਤੇ ਅੱਜ ਨੂੰ ਆ ਕਰ ਸਾਡਾ ਨਾ ਹੁੰਦਾ ਮੈਂ ਤਾਂ ਨਾ ਅੱਕੀ ਪਈ ਆ ਨਾ ਕਿਉਂ ਨਹੀਂ ਕਰ ਸਕਦੀ ਕੁਛ ਤੂੰ ਜੇ ਤੇਰੀ ਥਾਂ ਤੇ ਮੈਂ ਹੁੰਦੀ ਨਾ ਹੁਣ ਬੁੜਾ ਬੁੜੀ ਦਾ ਖਲਾਰਾ ਪਾਇਆ ਹੁੰਦਾ ਚੱਕ ਕੇ ਸਾਰਾ ਸਮਾਨ ਬਾਹਰ ਮਾਰਦੀ ਜੇ ਇੰਨੀ ਹਿੰਮਤ ਮੇਰੇ ਚੋਂ ਹੁੰਦੀ ਤੇ ਅੱਜ ਨੂੰ ਮੈਂ ਇੱਥੇ ਬੈਠੀ ਹੁੰਦੀ ਨਾਲੇ ਭੈਣੇ ਮਾੜੀ ਮੋਟੀ ਹਿੰਮਤ ਰੱਖ ਬੋਲਿਆ ਕਰ ਜਿਹੜੇ ਮਾੜੇ ਮੋਟੇ ਬੋਲਣ ਲੱਗੀ ਨਾ ਬੁੜਾ ਬੁੜੀ ਤੇਰੇ ਅੱਗੇ ਪਿੱਛੇ ਭੱਜਿਆ ਕਰਨਗੇ ਨਾਲੇ ਤੇਰਾ ਘਰ ਵਾਲੇ ਕੁਛ ਨਹੀਂ ਬੋਲਦੇ ਉਹ ਤਾਂ ਕੁਛ ਬੋਲ ਸਕਦੀ ਆ ਕਿੰਨੀ ਕੁ ਉਮਰ ਸਾਰੀ ਆ ਗੰਦ 'ਚ ਕੱਢ ਲੇਂਗੀ ਤੂੰ ਸਹੀ ਕਹਿੰਦੀ ਆ ਭੈਣੇ ਤੂੰ ਜੇ ਅੱਜ ਨੂੰ ਮੈਂ ਬੋਲਦੀ ਨਾ ਤੇ ਮੈਂ ਅੱਜ ਨੂੰ ਇੱਥੇ ਨਾ ਬੈਠੀ ਹੁੰਦੀ
चल भैने मैं जानी हाँ तेरी बुढ़ी आ गई तो मेरे खत पै जूगी मेरी प्रेस फटा दी शाम चंगा बाय लिया पुत रोटी बन के तो खाई लेने फिर ला बापू हुण मैं रोटी का ठेका ला रखे थोड़ा कदे तुसी ओ वड्डी कोल भी तो जाके खा लिया करो पुत तू आ की बोली जानी है अगे तो तू मेरे मूहरे कदे बोली नहीं ना सारा कुछ तो तुसी ने उन्नां नूं देता आ मेरे मत्थे मारे डिगण वाला घर मेथों पा लेने रोटियां अज नूं मैं बोलदी ना ते ओ कोठी अज नूं मेरी हुंदी जे हुण मैं बोल नहीं रही ना तो मैनूं आ नतीजा मिल रहा तुसी दोनों ने ना मेरे भोलेपन का फायदा चुकया पुत जिनी प्यारी मैनूं वड्डी आ उन्नी प्यारी तू आ मैनूं पर मैनूं फैसले का पता सी भी जिहड़ा मैं फैसला करता ना मेरा पुत चन्नी उही मान लू वो कदे नहीं बोलता बाकी अगर यही गल आ कोठी की पुत जे सानूं मैं दे भी दिंदा ना वड्डा सतों धक्के नाल लै जांदा ये गल तां मैनूं पता सीगा आहो मैनूं पता मिठे पोचे ही आ बाजा पुत देख पुत मैं कदे भी तेनू आदि नूं नहीं समझा धी ओ ही समझेगा ते धी बना के रखी आ बाकी से सुन ला मेथों गल तू ये कोठी दी मैं कोठी पुत देखा मैं जान बुझ के मैनूं पता सी वड्डे दा अपने दा सुभाव होर आ ते छोटे दा होर आ ठीक है मैं छोटे नाल कहिंदे हुंदे आ धी पुत भावें किन्ने मर्जी होण माँ प्यो दे सारे उहनूं इक्को जिहे हुंदे आ गे पुत रही गल कोठी दी थोड़ी कोठी बनी जांदी आ रहण दो बापू झूठ बोली इहने आ लै पुत तैनूं प्रूफ ही चाहीदा ना आ एफ डी छोटे ना करी भी आ आ देख ला क्यों पुत हुण तां हो गई तसल्ली को होर भी प्रूफ चाहीदा कोई बापू मैनूं माफ कर दे मैं तो बहुत वड्डी गलती हो गई नहीं पुत ते इत्थों गलती नहीं हुई तेरा भी ये हक बनता सी बापू मैं लोकां दीआं गल्लां दे विच आ गई सी पर मैनूं थोड़े नाल इदां नहीं बोलना चाहीदा सी नहीं पुत जो घर बार मूहरे ना दींदा होवे ना सब नूं हुंदे ही आ भी मेरा भी घर बार होवे पर ये तो मैं पहले सोच के रखी बैठा सीगा भी इन्हां दा भी जरूर घर बनूगा मैनूं पता सी चन्नी इह घर बार नहीं बना सकदा पुत मैं तैनूं अड्ड जाण बुझ के करिया सीगा मैनूं पता सीगा उहनूं नौकरी दा हंकार सी उह सारा दिन सोथों कम कराउंदी रहिंदी सी पर मैनूं ते तरस आउंदा सीगा तां करके मैं तुहानूं अड्ड करता सीगा इह गल्लां मैथों झलियां नहीं जांदियां सीगियां बापू मैनूं माफ कर दे मैं तुहानूं कदे समझ नहीं सकी ओ पुत कोई गल नहीं माफी वाली की गल आ गई आ देख सियाने दा कहा ते औले दा खादा बाद च सवाद आउंदा पुत मैं छोटे वास्ते ना सारा कुछ करके रखी बैठा सी इह गल दा मैनूं पता सी इक ना इक दिन गल सामने आऊगी कोई गल नहीं पुत मैं छोटी ना हुण मेरी धी मैं थोड़ी वधिया कोठी पा के दिऊं तू फिकर ना कर मेरी धी आहो ठीक है बाबा मैं तुहाडे लई रोटी लैके आनी हां।